ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਦੀ ਕਿਰਪਾ ਵਰਤੀ, ਕਹਿੰਦੇ ਉਹਨਾਂ ਨੇ ਸ਼ੁਕਰਾਨੇ ਅੰਦਰ ਆਖੇ ਹੈ, ਮਹਾਰਾਜ ਮੇਰੇ ਆਪਣੇ ਕੀਤਿਆਂ ਕੁਝ ਨਹੀਂ ਹੋਇਆ। ਇਹ ਜਿਹੜੀ ਕਲਾ ਵਰਤੀ ਹੈ, ਤੇਰੀ ਬਖਸ਼ਿਸ਼ ਨਾਲ, ਤੇਰੇ ਨਾਲ ਜੁੜ ਕੇ ਤੇਰੀ ਸੇਵਾ ਕਰਨ ਨਾਲ ਵਰਤੀ, ਆਖੋ ਵਾਹਿਗੁਰੂ। ਅਤੇ ਜਿਹਦੀ ਮੈਂ ਸੇਵਾ ਕਰ ਰਿਹਾ, ਕਹਿੰਦੇ ਉਹ ਕੌਣ ਹੈ? ਕਹਿੰਦੇ ਉਹ ਸਭ ਤੋਂ ਵੱਡਾ ਸਮਰੱਥ ਹੈ, ਆਖੋ ਵਾਹਿਗੁਰੂ। ਸਭ ਤੋਂ ਵੱਡਾ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ। ਕਹਿੰਦੇ ਜਦੋਂ ਮੈਂ ਗੁਰੂ ਦੀ ਸ਼ਰਨ ਅੰਦਰ ਆਇਆ, ਗੁਰੂ ਨੇ ਕਿਰਪਾ ਕਰਕੇ ਮੇਰੇ ਵੱਲ ਦ੍ਰਿਸ਼ਟੀ ਕੀਤੀ ਅਤੇ ਮੇਰੀ ਗੱਲ ਸੁਣੀ। ਜਦੋਂ ਮੇਰੀ ਅਰਜੋਈ ਸੁਣੀ, ਕਹਿੰਦੇ ਉਹ ਕਿਰਪਾ ਦੇ ਘਰ ਆ ਕੇ ਉਸਨੇ ਉਸ ਅਰਜੋਈ ਉੱਤੇ ਆਪਣਾ ਧਿਆਨ ਦਿੱਤਾ ਅਤੇ ਮੇਰੀ ਅਰਜੋਈ ਕਬੂਲ ਹੋ ਗਈ। ਕਹਿੰਦੇ ਮੇਰੇ ਅੰਦਰ ਡਰ ਸੀ ਜਿੱਥੇ, ਕਿ ਪਤਾ ਨਹੀਂ ਮੇਰੇ ਕਾਰਜ ਹੋਣਗੇ ਨਹੀਂ ਹੋਣਗੇ, ਮੇਰੇ 'ਤੇ ਬਖਸ਼ਿਸ਼ ਵਰਤੇਗੀ ਨਹੀਂ ਵਰਤੇਗੀ। ਕਹਿੰਦੇ ਉੱਥੇ ਮੇਰੇ ਜਿੱਥੇ ਅੰਦਰ ਡਰ ਸੀ, ਕਹਿੰਦੇ ਉੱਥੇ ਮੈਂ ਰੱਬ ਦੇ ਨਾਮ ਨਾਲ ਜੁੜ ਗਿਆ। ਜਿੱਥੇ ਡਰ ਪੈਦਾ ਹੋ ਰਿਹਾ ਸੀ, ਕਹਿੰਦੇ ਉੱਥੇ ਰੱਬ ਦਾ ਨਾਮ ਪੈਦਾ ਹੋ ਗਿਆ ਜਦੋਂ ਮੈਂ ਗੁਰੂ ਦੀ ਸ਼ਰਨ ਅੰਦਰ ਆਇਆ। ਉੱਥੇ ਮੇਰੀ ਕਲਾ ਨਹੀਂ, ਉੱਥੇ ਮੇਰੇ ਗੁਰੂ ਦੀ ਕਿਰਪਾ ਵਰਤ ਰਹੀ ਸੀ। ਉੱਥੇ ਮੇਰੀ ਸੋਝੀ ਨਹੀਂ, ਉੱਥੇ ਮੇਰੇ ਗੁਰੂ ਦੀ ਬਖਸ਼ਿਸ਼ ਵਰਤ ਰਹੀ ਸੀ। ਕਹਿੰਦੇ ਜਦੋਂ ਮੇਰੇ ਅੰਤਰ ਆਤਮੇ ਮੈਂ ਰੱਬ ਤੇਰੇ ਨਾਮ ਨਾਲ ਜੁੜ ਗਿਆ, ਸੱਚੇ ਨਾਮ ਦੇ ਜੁੜਨ ਨਾਲ ਕੀ ਹੋਇਆ? ਕਹਿੰਦੇ ਮੇਰੇ ਕਾਰਜ ਸਫਲ ਹੋ ਗਏ, ਆਖੋ ਵਾਹਿਗੁਰੂ। ਮੇਰਾ ਜਿੱਡਾ ਡਰ ਸੀ ਉਹ ਦੂਰ ਹੋ ਗਿਆ, ਨੈਗੇਟਿਵਿਟੀ ਦੂਰ ਹੋ ਗਈ ਅਤੇ ਪੋਜ਼ਿਟਿਵਿਟੀ ਆ ਗਈ ਕਿ ਮਹਾਰਾਜ ਮੇਰੇ ਕਾਰਜ ਮੈਂ ਨਹੀਂ ਕਰਨੇ, ਕਿਸੇ ਦੁਨੀਆ ਦੇ ਬੰਦੇ ਨੇ ਨਹੀਂ ਕਰਨੇ, ਤੇਰੀ ਕਿਰਪਾ ਨਾਲ ਹੋਣੇ ਨੇ। ਕਹਿੰਦੇ ਬਸ ਜਦੋਂ ਇਹ ਕਿਰਪਾ ਵਰਤੀ, ਸਤਿਗੁਰ ਕਹਿੰਦੇ ਸਤਿਗੁਰ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ। ਕਿਰਪਾ ਤਾਂ ਵਰਤੀ ਏ, ਕਹਿੰਦੇ ਲੇਕਿਨ ਮੈਂ ਕੀ ਕੀਤਾ? ਕਹਿੰਦੇ ਮਨ ਤਨ ਅੰਤਰ ਪ੍ਰਭੂ 'ਤੇ ਆਇਆ, ਗੁਰਪੂਰੇ ਡਰ ਸਗਲ ਚੁਕਾਇਆ। ਮੇਰੇ ਅੰਦਰੋਂ ਸਾਰੀ ਜਿਹੜੀ ਨਕਾਰਾਤਮਕ ਗੱਲ ਸੀ ਕਿ ਪਤਾ ਨਹੀਂ ਹੋਣਾ ਨਹੀਂ ਹੋਣਾ, ਕਹਿੰਦੇ ਉਹ ਸਕਾਰਾਤਮਕ 'ਚ ਬਦਲ ਗਈ ਕਿ ਮੇਰਾ ਗੁਰੂ ਤਾਂ ਸਮਰੱਥ ਹੈ, ਉਹ ਬਖਸ਼ਿਸ਼ ਕਰਨ ਜੋਗਾ, ਉਹ ਮੈਨੂੰ ਰੱਖਣ ਜੋਗਾ, ਮੇਰੇ ਪਰਦੇ ਕੱਜਣ ਜੋਗਾ, ਉਹ ਨਿਰਗੁਣਿਆਰੇ ਪਾਲਦਾ ਭਾਈ ਦੇ ਨੇ ਥਾਵੇਂ ਥਾਂ। ਕਹਿੰਦੇ ਹਿਰਦੇ ਅੰਦਰ ਜਦੋਂ ਉਹਦੇ ਨਾਮ ਨਾਲ ਜੁੜ ਕੇ ਮੈਂ ਬਖਸ਼ਿਸ਼ ਪ੍ਰਾਪਤ ਹੋਈ ਨਾਮ ਦੀ, ਕਹਿੰਦੇ ਉਹਨੇ ਆਪਣੀ ਕਿਰਪਾ ਵਰਤਾ ਦਿੱਤੀ। ਤਾਂ ਜਦੋਂ ਕਿਰਪਾ ਵਰਤੀ, ਝੋਲੀਆਂ ਭਰੀਆਂ ਗਈਆਂ, ਪਰਦੇ ਕੱਜੇ ਗਏ, ਜਿਸ ਜੋਗਾ ਉਹਨੇ ਬਣਾ ਦਿੱਤਾ, ਕਹਿੰਦੇ ਐਡਾ ਜੋਗਾ ਬਣਨ ਤੋਂ ਬਾਅਦ ਵੀ ਮਹਾਰਾਜ ਮੈਂ ਤੇਰੇ ਵਰਗੇ ਦੀ ਸਿਫਤਾਂ ਨਹੀਂ ਕਰ ਸਕਦਾ, ਮੈਂ ਇੱਕੋ ਗੱਲ ਆਖਾਂਗਾ, ਮੇਰੇ ਵਰਗੇ ਔਗੁਣ ਭਰੇ ਸਰੀਰ ਉੱਤੇ ਤੁਸੀਂ ਤਰਸ ਦੀ ਦ੍ਰਿਸ਼ਟੀ ਪਾਈ, ਆਖੋ ਵਾਹਿਗੁਰੂ। ਤੇਰਾ ਕੀਤਾ ਜਾਤੋਂ ਨਾਹੀਂ, ਮੈਨੂੰ ਜੋਗ ਕੀ ਤੋਈ, ਮੈਂ ਤਾਂ ਉਸ ਜੋਗਾ ਹੀ ਨਹੀਂ ਜਿੱਡਾ ਜੋਗਾ ਤੂੰ ਮੈਨੂੰ ਬਣਾ ਦਿੱਤਾ, ਐਡਾ ਜੋਗਾ ਬਣਨ ਤੋਂ ਬਾਅਦ ਵੀ ਮੈਂ ਤੇਰੇ ਵਰਗੇ ਦੀ ਸਿਫਤਾਂ ਕਰਨ ਜੋਗਾ ਨਹੀਂ, ਆਖੋ ਵਾਹਿਗੁਰੂ। ਮੇਰੇ ਅੰਦਰ ਐਡੀ ਸਮਰੱਥਾ ਨਹੀਂ, ਤਾਂ ਹੀ ਤਾਂ ਕਹਿੰਦੇ ਜੇਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿ ਨਹੀਂ ਲਈ ਹੈ। ਅਤੇ ਜਦੋਂ ਆਖਣਾ ਹੀ ਪੈ ਗਿਆ ਪਿਆਰ 'ਚ, ਤਾਂ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ, ਮਹਾਰਾਜ ਮੇਰੇ ਦਾਤੇ ਵੀ ਤੁਸੀਂ ਹੋ, ਸਵਾਸ ਸਵਾਸ ਪ੍ਰਤਪਾਲਨਾ ਵੀ ਤੁਸੀਂ ਕਰ ਰਹੇ ਹੋ, ਜਿਹੜੇ ਮੇਰੇ ਅੰਦਰ ਗੁਣ ਆਏ ਨੇ ਮੇਰੇ ਆਪਣੇ ਕਰਕੇ ਨਹੀਂ ਆਏ, ਕਿਉਂ ਆਏ ਨੇ? ਨਾਇਕ ਵੀ ਤੁਸੀਂ ਹੋ, ਆਖੋ ਵਾਹਿਗੁਰੂ।
ਜਿਹਦੇ ਆਈਡੀਅਲ ਮੈਂ ਲੈ ਕੇ ਚੱਲ ਰਿਹਾ ਮਹਾਰਾਜ, ਮੇਰੇ ਆਈਡੀਅਲ ਵਿੱਚ ਤੁਸੀਂ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਕਹਿੰਦੇ ਜਦੋਂ ਮੈਂ ਅੰਤਰ ਦ੍ਰਿਸ਼ਟੀ ਪਾਈ, ਇਹ ਸਰੀਰ ਦੇ ਅੰਦਰ ਜਿਹੜੀ ਜੀਵ ਆਤਮਾ ਰਹਿੜੀ, ਉਹਦਾ ਮਾਲਕ ਵੀ ਮਹਾਰਾਜ ਤੂੰ ਹੀ ਆਖੋ ਵਾਹਿਗੁਰੂ। ਅਤੇ ਸਵਾਸ ਸਵਾਸ ਕਰਕੇ ਮੈਨੂੰ ਸਮਝ ਆ ਗਈ, ਮੇਰੀ ਪ੍ਰਤਪਾਲਨਾ ਕਰਨ ਵਾਲਾ ਹੀ ਤੂੰ ਹੀ ਹੈ। ਹੁਣ ਤਾਂ ਆਪਣੀ ਹਉਮੈ ਮੁੱਕ ਗਈ, ਤੇਰੀ ਹੋਂਦ ਪ੍ਰਗਟ ਹੋ ਗਈ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ, ਅਸੀਂ ਤਾਂ ਬੱਚੇ ਵੀ ਤੇਰੇ ਹੀ ਆਖੋ ਵਾਹਿਗੁਰੂ। ਕਹਿੰਦੇ ਜਦੋਂ ਐਸੀ ਕਿਰਪਾ ਵਰਤਦੀ ਹੈ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਉਸ ਵੇਲੇ ਜਿਹੜਾ ਸ਼ੁਕਰਾਨਾ ਗੁਰਸਿੱਖ ਕਰਦਾ ਹੈ, ਕਹਿੰਦੇ ਉਸ ਸ਼ੁਕਰਾਨੇ ਅੰਦਰ ਆਪਣੀ ਮੈਂ ਮਾਰ ਦਿੰਦਾ ਅਤੇ ਆਪਣੇ ਗੁਰੂ ਦੀ ਹੋਂਦ ਪ੍ਰਗਟ ਹੋ ਜਾਂਦੀ ਹੈ। ਕਹਿੰਦੇ ਜਦੋਂ ਹੋਂਦ ਪ੍ਰਗਟ ਹੁੰਦੀ, ਉਸ ਵੇਲੇ ਕਹਿੰਦੇ ਕੀ ਕਹਿੰਦਾ, ਕਹਿੰਦੇ ਮੇਰੇ ਵਰਗਾ ਮੈਲਾ ਕੋਈ ਨਹੀਂ ਅਤੇ ਤੇਰੇ ਵਰਗੇ ਉਜਲ ਕਰਤਾ ਵੀ ਕੋਈ ਨਹੀਂ, ਮੇਰੇ ਵਰਗਾ ਔਗੁਣ ਨਿਰਗੁਣ ਯਾਰਾ ਵੀ ਕੋਈ ਨਹੀਂ, ਦਰ ਦਰ 'ਤੇ ਭਟਕਣ ਵਾਲਾ ਵੀ ਕੋਈ ਨਹੀਂ, ਅਤੇ ਮਹਾਰਾਜ ਤੇਰੇ ਵਰਗਾ ਦਾਤਾ ਬਖਸ਼ਣ ਵਾਲਾ ਵੀ ਕੋਈ ਨਹੀਂ, ਆਖੋ ਵਾਹਿਗੁਰੂ। ਅਤੇ ਆਪਣੀ ਸਿਆਣਪ ਮੁੱਕ ਜਾਂਦੀ ਉੱਥੇ, ਫਿਰ ਨਹੀਂ ਕਹਿੰਦਾ ਗੱਡੀਆਂ ਕਾਰਾਂ ਮੇਰੀਆਂ ਨੇ, ਇਹ ਕਮਾਈਆਂ ਦੁਕਾਨਾਂ ਮਕਾਨ ਮੇਰੇ ਨੇ, ਇਹ ਕਾਰੋਬਾਰ ਮੇਰੇ ਨੇ, ਫਿਰ ਕੀ ਕਹਿੰਦਾ, ਕਹਿੰਦਾ ਹਮ ਮੂਰਖ ਤੁਮ ਚਤੁਰ ਸਿਆਣੇ, ਮੇਰੇ ਵਰਗਾ ਮੂਰਖ ਕੋਈ ਨਹੀਂ ਮਹਾਰਾਜ, ਤੇਰੇ ਵਰਗਾ ਸਿਆਣਾ ਵੀ ਕੋਈ ਨਹੀਂ। ਹਮ ਮਹਿਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਹਾਰਾਜ ਜਿਹੜੀ ਔਖੀ ਘਾਟੀ 'ਚ ਮੇਰਾ ਜੀਵਨ ਸੀਗਾ, ਮੇਰੀ ਬਾਂਹ ਫੜ ਕੇ ਜਦੋਂ ਤੂੰ ਮੈਨੂੰ ਬਾਹਰ ਕੱਢਿਆ, ਕਹਿੰਦੇ ਉਸ ਵੇਲੇ ਸਮਝ ਆਇਆ ਮਹਾਰਾਜ ਮੈਂ ਤੇਰੇ ਅੱਗੇ ਜਦੋਂ ਝੁਕਿਆ, ਤੂੰ ਮੈਨੂੰ ਕਿਰਪਾ ਕਰਕੇ ਬਖਸ਼ ਦਿੱਤਾ, ਆਖੋ ਵਾਹਿਗੁਰੂ। ਕਹਿੰਦੇ ਹੁਣ ਜਿੱਥੇ ਬਾਹਰੋਂ ਸ਼ੁਕਰਾਨਾ ਹੋ ਰਿਹਾ, ਬਾਹਰ ਦੀਆਂ ਦਾਤਾਂ ਵੇਖ ਰਿਹਾ, ਬਾਹਰ ਦਾ ਜੀਵਨ ਵੇਖ ਰਿਹਾ, ਸ਼ੁਕਰਾਨਾ ਕਰੀ ਜਾ ਰਿਹਾ, ਮੈਂ ਮੈਲਾ ਕੁਚੈਲਾ ਸੀ, ਅੱਜ ਮੈਂ ਤੇਰੇ ਨਾਮ ਨਾਲ ਜੁੜ ਕੇ ਤੂੰ ਮੈਨੂੰ ਆਪਣੇ ਵਰਗਾ ਪਿਆਰ ਦੇ ਦਿੱਤਾ, ਤੂੰ ਮੈਨੂੰ ਆਪਣੀ ਸੰਗਤ ਦੀ ਖੁਸ਼ਬੂ ਦੇ ਦਿੱਤੀ ਹੈ। ਹਮ ਮੈਲੇ ਤੂੰ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੂੰ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਕਹਿੰਦੇ ਜਿੱਦਣ ਬਾਂਹ ਫੜ ਕੇ ਗਲਵਕੜੀ ਲਾਏਗਾ, ਉੱਦਣ ਵੀ ਤੂੰ ਆਖੇਗਾ ਮਹਾਰਾਜ ਮੇਰੇ ਤਾਂ ਔਗੁਣ ਹੀ ਅੱਡੇ ਸਨ, ਮੇਰੇ ਤਾਂ ਪਾਪ ਹੀ ਅੱਡੇ ਸਨ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗੁਣ ਹਮਾਰੇ, ਮੈਂ ਤਾਂ ਬਖਸ਼ਣ ਜੋਗਾ ਹੀ ਕੋਈ ਨਹੀਂ ਸੀ। ਲੇਕਿਨ ਤੁਹਾਡੀ ਦ੍ਰਿਸ਼ਟੀ ਅੰਦਰ ਕਿਹੜੀ ਤਾਕਤ ਹੈ, ਜਿਹਦੇ ਉੱਤੇ ਦ੍ਰਿਸ਼ਟੀ ਪਾਉਂਦੇ ਹੋ ਮਹਾਰਾਜ, ਉਹਦੇ ਪਾਪ ਹੀ ਖੰਡ ਕੇ ਰੱਖ ਦਿੰਦੇ ਹੋ, ਆਖੋ ਵਾਹਿਗੁਰੂ। ਮਾਧੋ ਹਮ ਐਸੇ ਤੂੰ ਐਸਾ, ਹਮ ਮਹਿਲੇ ਹਮ ਮੂਰਖ ਵਾਹਿਗੁਰੂ, ਹਮ ਪਾਪੀ ਤੁਮ ਪਾਪ ਖੰਡਨ, ਮੇਰੇ ਵਰਗਾ ਪਾਪੀ ਕੋਈ ਨਹੀਂ ਮਹਾਰਾਜ, ਲੇਕਿਨ ਤੇਰੀ ਦ੍ਰਿਸ਼ਟੀ ਅੰਦਰ ਉਹ ਕਲਾ ਹੈ ਕਿ ਤੂੰ ਇੱਕ ਵੀ ਪਾਪ ਨਹੀਂ ਚਿਤਾਰਦਾ, ਜੇ ਕੋਈ ਪਾਪੀ ਆ ਵੀ ਜਾਏ ਤਾਂ ਤੂੰ ਉਹਨੂੰ ਤਾੜਦਾ ਹੀ, ਆਖੋ ਵਾਹਿਗੁਰੂ। ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ ਮਹਾਰਾਜ, ਜਿੱਥੇ ਤੂੰ ਮੈਨੂੰ ਲੈ ਆਇਆ, ਇੱਥੇ ਆਉਣ ਜੋਗਾ ਮੈਂ ਕੋਈ ਨਹੀਂ ਸੀ, ਤੇਰਾ ਥਾਂ ਬੜਾ ਸੋਹਣਾ ਜਿੱਥੇ ਤੂੰ ਬਖਸ਼ਿਸ਼ ਕਰ ਦਿੱਤੀ ਹੈ। ਕਹਿੰਦੇ ਹੁਣ ਬਾਹਰੋਂ ਨਹੀਂ, ਹੁਣ ਅੰਦਰੋਂ ਵੀ ਜੁੜ ਗਿਆ। ਕਹਿੰਦੇ ਜਦੋਂ ਅੰਦਰ ਸਿਮਰਨ ਅੰਦਰ ਜੁੜਿਆ, ਗੁਰੂ ਦੀਆਂ ਬਖਸ਼ਿਸ਼ਾਂ ਹੰਡਾਉਂਦਾ ਹੋਇਆ, ਸ਼ੁਕਰਾਨੇ ਕਰੀ ਜਾ ਰਿਹਾ, ਆਪਣੇ ਗੁਰੂ ਨੂੰ ਵੱਡਾ ਆਖੀ ਜਾ ਰਿਹਾ। ਕਹਿੰਦੇ ਹੁਣ ਅੰਤਰ ਆਤਮੇ ਜਦੋਂ ਦ੍ਰਿਸ਼ਟੀ ਜੁੜ ਗਈ, ਹੁਣ ਕੀ ਕਹਿੰਦਾ, ਕਹਿੰਦਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਣਾ। ਮਹਾਰਾਜ ਆ ਸਰੀਰ ਅੰਦਰ ਜਿਹੜੀ ਜੀਵ ਆਤਮਾ ਆਈ ਹੈ, ਇਹਦੇ ਪ੍ਰਾਣਾਂ ਦੇ ਦਾਤੇ ਵੀ ਤੁਸੀਂ ਹੋ, ਆਖੋ ਵਾਹਿਗੁਰੂ। ਮੇਰਾ ਪਰਿਵਾਰ ਵੀ ਤੁਸੀਂ ਹੋ, ਮੇਰੇ ਰਿਸ਼ਤੇਦਾਰ ਵੀ ਤੁਸੀਂ ਹੋ, ਅਖੀਰੀ ਮੈਂ ਤੁਹਾਡੇ ਅੰਦਰ ਹੀ ਸਮਾਉਣਾ ਹੈ, ਤੁਸੀਂ ਮੇਰੇ ਜੀ ਪ੍ਰਾਣ ਦੇ ਦਾਤੇ ਹੋ। ਤੁਮ ਹੈ ਪਿਤਾ ਤੁਮ ਹੀ ਫੁਨਮਾਤਾ, ਤੁਮੈਂ ਮੀਤ ਹਿਤ ਪ੍ਰਾਤਾ, ਤੁਮ ਪਰਿਵਾਰ ਤੁਮੈਂ ਆਧਾਰਾ, ਤੁਮੈਂ ਜੀ ਪ੍ਰਾਣ ਦਾਤਾ। ਮੇਰੇ ਅੰਦਰ ਆਏ ਜੀਵ ਆਤਮਾ ਨੂੰ ਜਿਹੜੇ ਸਵਾਸ ਦਿੱਤੇ ਜਾ ਰਹੇ ਨੇ ਮਹਾਰਾਜ, ਉਹ ਤੇਰੀਆਂ ਦਾਤਾਂ ਦੀਆਂ ਇੱਕ ਖੇਡ ਹੈ, ਤੂੰ ਬਖਸ਼ਿਸ਼ ਕਰ ਰਿਹਾ ਅਤੇ ਮੇਰਾ ਜੀਵਨ ਟੁਰ ਰਿਹਾ। ਅਜੇ ਤਾਂ ਅਸੀਂ ਬਾਹਰ ਹੀ ਜੁੜੇ ਪਏ ਹਾਂ, ਅਜੇ ਤਾਂ ਅਸੀਂ ਬਾਹਰਲੇ
ਐਟਮੋਸਫੇਅਰ 'ਚ ਜੁੜੇ ਪਏ ਹਾਂ। ਸੁੱਖ ਆਇਆ, ਦੁੱਖ ਆਇਆ, ਗਰਮੀ ਆਈ, ਸਰਦੀ ਆਈ, ਜ਼ੁਕਾਮ ਲੱਗ ਗਿਆ, ਕਦੀ ਚੜ੍ਹਦੀ ਕਲਾ ਹੋ ਗਈ, ਕਦੀ ਪਹਾੜਾਂ ਨੂੰ ਟੁਰ ਗਏ, ਕਦੀ ਕਿੱਥੇ ਟੁਰ ਗਏ, ਕੀ ਹੋਇਆ? ਸਾਡੀ ਬਾਹਰਲੀ ਖੇਡ ਬਣੀ ਪਈ ਹੈ। ਕਹਿੰਦੇ ਗੁਰਮੁਖਾ, ਜਦੋਂ ਤੇ ਸਵਾਸਾਂ ਨਾਲ ਜੁੜ ਜਾਏਗਾ ਤੈਨੂੰ ਸਮਝ ਆ ਜਾਏਗੀ। ਹੁਣ ਸਵਾਸਾਂ ਦੇ ਅੰਦਰ ਜਿਹੜਾ ਮਾਲਕ ਬੈਠਾ ਹੈ, ਜਿਹੜਾ ਸਵਾਸਾਂ ਨੂੰ ਮੈਨੂੰ ਤਾਕਤ ਦੇ ਰਿਹਾ, ਇਹ ਮਾਲਕ ਦੀ ਖੇਡ ਹੈ। ਮੈਂ ਜੁੜਨਾ ਨਹੀਂ, ਮੈਂ ਤਾਂ ਜੁੜਿਆ ਪਿਆ, ਬਸ ਮੈਂ ਭੁੱਲਿਆ ਪਿਆ। ਆਖੋ ਵਾਹਿਗੁਰੂ। ਗੁਰਮੁਖ ਪਿਆਰੇ ਸਤਿਕਾਰਯੋਗ ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਕਹਿੰਦੇ ਸਨ, ਕਹਿੰਦੇ ਅਸੀਂ ਵਿਛੜੇ ਨਹੀਂ, ਅਸੀਂ ਵਿਸਰੇ ਪਏ। ਆਖੋ ਵਾਹਿਗੁਰੂ। ਅਸੀਂ ਵਿਸਾਰ ਰੱਖਿਆ, ਸਾਨੂੰ ਚੇਤਾ ਨਹੀਂ ਆ ਰਿਹਾ, ਅਸੀਂ ਵਿਛੜੇ ਨਹੀਂ। ਜੇ ਵਿਛੜ ਜਾਵਾਂਗੇ ਤਾਂ ਸਵਾਸ ਟੁੱਟ ਜਾਣਗੇ, ਖੇਲ ਖਤਮ ਹੋ ਜਾਏਗੀ, ਸਰੀਰ ਮਿੱਟੀ ਦਾ ਢੇਰੀ ਬਣ ਜਾਏਗਾ। ਅਜੇ ਤਾਂ ਕੰਟੈਕਟ ਜੁੜਿਆ ਪਿਆ, ਉਸ ਨੇ ਸਾਡੇ ਨਾਲ ਕੰਟੈਕਟ ਜੋੜ ਰੱਖਿਆ, ਅਸੀਂ ਕੰਟੈਕਟ ਜੋੜਿਆ ਨਹੀਂ ਜੋੜਿਆ, ਉਹ ਸਾਡੀ ਖੇਡ ਉੱਤੇ ਹੈ। ਲੇਕਿਨ ਉਹਨੇ ਸਾਨੂੰ ਹਰ ਚੇਤੇ ਅੰਦਰ ਰੱਖਿਆ। ਜੇ ਸਵਾਸ ਆ ਰਿਹਾ ਤਾਂ ਉਹਦੇ ਘਰੋਂ ਆ ਰਿਹਾ, ਉਹਨੇ ਯਾਦ ਰੱਖਿਆ ਉਸਨੂੰ ਸਵਾਸ ਦੇਣਾ, ਉਹਦੇ ਚੇਤੇ ਅੰਦਰ ਸੀ। ਹਾਂ, ਸਾਡੇ ਚੇਤੇ ਅੰਦਰ ਉਹ ਨਹੀਂ। ਕਹਿੰਦੇ ਲੇਕਿਨ ਜਦੋਂ ਗੁਰਮੁਖਾ ਤੂੰ ਬਾਹਰ ਦੀਆਂ ਦਾਤਾਂ ਹੰਡਾਉਂਦੇ ਹੋਏ ਆਪਣੀ ਸਿਆਣਪ ਦੇ ਤਲ ਨੂੰ ਵੀ ਕੀ ਕਹਿੰਦਾ, ਇਹ ਤਨ ਮਨ ਤੇਰਾ, ਸਭ ਗੁਣ ਤੇਰੇ ਮਹਾਰਾਜ। ਹੁਣ ਤਾਂ ਤਨ ਵੀ ਤੇਰਾ, ਮਨ ਵੀ ਤੇਰਾ, ਅਤੇ ਜੋ ਜੀਵਨ ਅੰਦਰ ਜੀ ਰਿਹਾ ਇਹ ਗੁਣ ਵੀ ਤੇਰੇ ਦਿੱਤੇ ਜੀ ਰਿਹਾ, ਮੇਰੇ ਆਪਣਾ ਤਾਂ ਕੁਝ ਵੀ ਨਜ਼ਰ ਨਹੀਂ ਆ ਰਿਹਾ। ਆਖੋ ਵਾਹਿਗੁਰੂ। ਉਸ ਵੇਲੇ ਕੀ ਕਹਿੰਦਾ, ਕਹਿੰਦਾ ਨਿਰਗੁਣਿਆਰੇ, ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ, ਮਹਾਰਾਜ ਤੇਰੀ ਮਿਹਰਾਂ ਦੀ ਦਾਤਾਂ ਬਖਸ਼ੀਆਂ ਵਰਤੀਆਂ ਨੇ, ਉਹੀਓ ਵਰਤ ਕੇ ਮਹਾਰਾਜ ਅੱਜ ਖੁਸ਼ੀਆਂ ਨੇ, ਖੇੜੇ ਨੇ, ਆਨੰਦ ਮੰਗਲਾਚਾਰ ਨੇ, ਸ਼ੁਭ ਆਏ ਦੁਨੀਆਂ ਅੰਦਰ। ਉਹ ਮੇਰੇ ਆਪਣੇ ਕਰਕੇ ਨਹੀਂ, ਉਹ ਤੇਰੇ ਦਿੱਤੀਆਂ ਬਖਸ਼ਿਸ਼ਾਂ ਕਰਕੇ ਮਾਣ ਰਿਹਾ। ਕਹਿੰਦੇ ਫਿਰ ਉਸ ਵੇਲੇ ਜਿਹੜਾ ਪੂਰਨ ਸ਼ੁਕਰਾਨਾ ਕਰਦਾ ਉਹ ਕੀ ਕਹਿੰਦਾ, ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਮਹਾਰਾਜ ਮੇਰੇ ਕੋਲ ਗਲਤੀ ਹੋ ਗਈ, ਮੈਂ ਮਾਫ਼ੀ ਮੰਗਣਾ। ਕਹਿੰਦੇ ਬਸ ਪਸ਼ਚਾਤਾਪ ਅੰਦਰ ਹੀ ਸਾਰੀਆਂ ਬਖਸ਼ਿਸ਼ਾਂ ਨੇ, ਤੂੰ ਇੱਕ ਵਾਰ ਡਿੱਗ ਤਾਂ ਸਹੀ ਆ ਕੇ ਗੁਰੂ ਅੱਗੇ। ਕਹਿੰਦੇ ਗਲਵਕੜੀ ਲਾ ਕੇ ਜੱਫਾ ਪਾ ਲਏਗਾ, ਤੇਰੇ ਸਾਰੇ ਔਗੁਣ ਆਪਣੇ ਕੋਲ ਰੱਖ ਲਏਗਾ, ਆਪਣੇ ਸਾਰੇ ਦੈਵੀ ਗੁਣ ਤੈਨੂੰ ਦੇ ਦੇਗਾ, ਬਿਲਕੁਲ ਨਹੀਂ ਪੁੱਛੇਗਾ ਤੈਨੂੰ, ਕੋਈ ਕੌੜਾ ਬੋਲ ਨਹੀਂ ਕਰੇਗਾ, ਕਿਸੇ ਪ੍ਰਕਾਰ ਦਾ ਕੋਈ ਨਹੀਂ ਚਿਤਾਰੇਗਾ, ਤੂੰ ਨਾਮ ਜਪਿਆ ਨਹੀਂ ਜਪਿਆ, ਔਗੁਣ ਕੀਤੇ ਨਹੀਂ ਕੀਤੇ, ਤੂੰ ਕਿਹੋ ਜਿਹੇ ਵਿਕਾਰ ਕੀਤੇ ਨੇ, ਕਿਹੋ ਜਿਹਾ ਜੀਵਨ ਜੀਵਿਆ, ਕੁਝ ਨਹੀਂ ਪੁੱਛੇਗਾ। ਜੇ ਕੌੜਾ ਬੋਲ ਨਾ ਜਾਣਨਾ, ਪੂਰਨ ਭਗਵਾਨ ਹੈ, ਔਗੁਣ ਕੋ ਨਾ ਚਿਤਾਰੇ, ਕੋਈ ਔਗੁਣ ਚਿਤਾਰਦਾ ਹੀ ਨਹੀਂ। ਉਹ ਕੀ ਕਰਦਾ? ਕਹਿੰਦੇ ਇੱਕ ਵਾਰ ਆਪਣੀ ਗਲਤੀ ਮੰਨ ਕੇ ਮੱਥਾ ਟੇਕ ਤਾਂ ਸਹੀ, ਤੈਨੂੰ ਗਲਵਕੜੀ ਲਾ ਲਏਗਾ। ਹਰਜਨ ਰਾਖੇ ਗੁਰੂ ਗੋਬਿੰਦ, ਕੰਠ ਲਾਏ ਗਲਵਕੜੀ ਲਾਉਂਦਾ ਜੇ, ਔਗਣ ਸਭ ਮੇਟੈ। ਜਿੱਦਣ ਤੂੰ ਆਪਣੀਆਂ ਪਸ਼ਚਾਤਾਪ ਦੀਆਂ ਭਰੀਆਂ ਅੱਖਾਂ ਅਥਰੂਆਂ ਨਾਲ ਆ ਗਿਆ, ਗੁਰੂ ਸਾਹਿਬ ਮੇਰੀਆਂ ਗਲਤੀਆਂ ਕਰਕੇ ਮੇਰਾ ਜੀਵਨ ਕਠਿਨਾਈ 'ਚ, ਮੇਰੀਆਂ ਗਲਤੀਆਂ ਕਰਕੇ ਮੈਂ ਤੇਰੇ ਨਾਲ ਜੁੜਿਆ ਨਹੀਂ। ਕਹਿੰਦੇ ਜਿੱਦਣ ਇਸ ਅਵਸਥਾ ਅੰਦਰ ਤੂੰ ਆ ਕੇ ਮੱਥਾ ਟੇਕੇਗਾ, ਕਹਿੰਦੇ ਮੋਢਿਓਂ ਫੜ ਕੇ ਗਲਵਕੜੀ ਲਾਏਗਾ। ਗੁਰਬਾਣੀ ਕਹਿ ਰਹੀ ਹੈ, ਕੰਠ ਲਾਏ ਔਗਣ ਸਭ ਮੇਟੈ, ਦਿਆਲ ਪੁਰਖ ਬਖਸ਼ੰਦ। ਕਹਿੰਦੇ ਜੋ ਦਿਆ ਦੇ ਘਰ ਆ ਗਿਆ ਤੈਨੂੰ ਐਸਾ ਬਖਸ਼ਿਸ਼ ਕਰੇਗਾ, ਫਿਰ ਕੀ ਹੋਏਗਾ? ਕਹਿੰਦੇ ਜੋ ਮੰਗੇ ਠਾਕੁਰ ਆਪਣੇ ਦੇ ਸੋਈ ਸੋਈ ਦੇਵੈ। ਫਿਰ ਤਾਂ ਝੋਲੀ ਅੜ ਕੇ ਕਹਿ ਮਹਾਰਾਜ ਕਿਰਪਾ ਕਰੋ, ਇਹ ਦਾਤਾਂ ਬਖਸ਼ਿਸ਼ ਕਰੋ। ਕਹਿੰਦੇ ਜੋ ਵੀ ਮੰਗੀ ਜਾਏਗਾ ਸਭ ਕੁਛ ਮਿਲਦਾ ਜਾਏਗਾ, ਅਤੇ ਇੱਕ ਦਿਨ ਐਸੀ ਅਵਸਥਾ ਆ ਜਾਏਗੀ ਮੁੱਖੋਂ ਜਿਹੜਾ ਬੋਲ ਬੋਲ ਦੇਗਾ ਦਰਗਾਹ ਅੰਦਰ ਪਰਮੇਸ਼ਰ ਨੂੰ ਵੀ ਪ੍ਰਵਾਨ ਕਰਨਾ ਪੈ ਜਾਏਗਾ। ਆਖੋ ਵਾਹਿਗੁਰੂ। ਨਾਨਕ ਦਾਸ ਮੁਖਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਇਹ ਬਰਕਤਾਂ ਪੈਂਦੀਆਂ ਨੇ ਜਦੋਂ ਗੁਰੂ ਦੇ ਨਾਲ ਜੁੜਦੇ ਹਾਂ, ਨਾਲ ਹੀ ਪਸ਼ਚਾਤਾਪ ਵੀ ਹੁੰਦਾ। ਜੇ ਮਹਾਰਾਜ ਅੱਜ ਮੈਂ ਅਮੀਰ ਹੋ ਗਿਆ,
ਮੇਰੀ ਸਮਾਜ ਅੰਦਰ ਚੜ੍ਹਦੀ ਕਲਾ ਹੋ ਗਈ ਹੈ, ਮੇਰੇ ਜੀਵਨ ਅੰਦਰ ਸਾਰੀ ਚੜ੍ਹਦੀ ਕਲਾ ਹੋ ਗਈ ਹੈ। ਨਾਲ ਹੀ ਆਪਣੇ ਔਗੁਣ ਚਿਤਾਰਦੇ ਮਹਾਰਾਜ, ਮੈਂ ਨਹੀਂ ਕੀਤਾ, ਮੇਰੀ ਸਿਆਣਪ ਕਰਕੇ ਨਹੀਂ, ਜਿੱਦਣ ਦਾ ਤੇਰੇ ਦਰ 'ਤੇ ਡਿੱਗਿਆ ਕਿਰਪਾ ਤਾਂ ਉੱਦਣ ਦੀ ਵਰਤਣੀ ਸ਼ੁਰੂ ਹੋਈ ਹੈ, ਸਿਆਣਪ ਤਾਂ ਸਾਰਾ ਜੀਵਨ ਮੈਂ ਕਰਦਾ ਰਿਹਾ, ਸਿਆਣਪ ਨਾਲ ਮੇਰਾ ਕੁਝ ਨਹੀਂ ਬਣਿਆ। ਤਾਂ ਹੀ ਕਹਿੰਦੇ ਤੁਮ ਕਰੋ ਭਲਾ ਹਮ ਪਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ, ਤੁਮ ਸੁਖਦਾਈ ਪੁਰਖ ਵਿਦਾਤੇ, ਤੁਮ ਰੱਖੋ ਆਪਣੇ ਬਾਲਾ, ਜਿਹੜੀ ਤੇਰੀ ਸ਼ਰਨ ਅੰਦਰ ਆ ਕੇ ਬੱਚਿਆਂ ਵਾਂਗ ਪੈ ਜਾਂਦੇ ਨੇ ਮਹਾਰਾਜ, ਤੂੰ ਉਹਨੂੰ ਬੱਚਿਆਂ ਵਾਂਗ ਹੀ ਸੰਭਾਲਣਾ ਆਖੋ ਵਾਹਿਗੁਰੂ। ਅਤੇ ਜਿਨ੍ਹਾਂ 'ਤੇ ਅਸੀਂ ਕਿਰਪਾ ਵਰਤਦੀ ਹੈ, ਝੋਲੀਆਂ ਭਰੀਆਂ ਜਾਂਦੀਆਂ ਨੇ, ਦਾਤਾਂ ਮਿਲਦੀਆਂ ਨੇ, ਐਸੀ ਅਜ਼ਮਤ ਦਾ ਮਾਲਕ ਬਣ ਜਾਂਦਾ, ਗੁਰੂ ਦੇ ਪਿਆਰ ਅੰਦਰ ਜੁੜਦਾ ਜੁੜਦਾ ਕੇਵਲ ਗੁਰੂ ਜੋਗਾ ਰਹਿ ਜਾਂਦਾ, ਆਖੋ ਵਾਹਿਗੁਰੂ। ਫਿਰ ਉਹ ਕੀ ਕਹਿੰਦਾ? ਕਹਿੰਦੇ ਮਹਾਰਾਜ ਮੈਂ ਦੁਨੀਆ ਅੰਦਰ ਭਟਕਣਾ ਪਾਈ, ਬੜੀ ਦੁਨੀਆ 'ਤੇ ਭਟਕਿਆ, ਮੇਰਾ ਕੁਝ ਨਹੀਂ ਬਣਿਆ, ਮੇਰੇ ਕਲੇਸ਼ ਮੁਕੇ, ਮੇਰੀ ਦੁਬਧਾ ਮੁਕੀ। ਉਹ ਕਦੋਂ ਮੁਕੀ? ਜਦੋਂ ਮੈਂ ਤੇਰੇ ਨਾਮ ਦੇ ਗੁਣਾਂ ਦੇ ਅੰਦਰ ਆਪਣੇ ਨਾਮ ਆਪਣੇ ਮਨ ਨੂੰ ਵਸਾ ਲਿਆ, ਮੇਰਾ ਮਨ ਤੇਰੇ ਗੁਣਾਂ ਅੰਦਰ ਜਦੋਂ ਰਸ ਲੈਣ ਲੱਗ ਗਿਆ, ਕਹਿੰਦੇ ਮੇਰੇ ਸਾਰੇ ਜੀਵਨ ਦੇ ਕਲੇਸ਼ ਮੁੱਕ ਗਏ, ਮੇਰੀ ਦੁਬਧਾ ਮੁੱਕ ਗਈ, ਦੁਵੰਧ ਮੁੱਕ ਗਿਆ, ਜਾਹੇ ਕਲੇਸ਼ ਮਿਟੈ ਪਰ ਪਰਮਾ ਨਿਰਮਲ ਹਰ ਗੁਣ ਗਾਏ। ਜਦੋਂ ਮੈਂ ਤੇਰੇ ਗੁਣ ਗਾਏ ਤਾਂ ਤੂੰ ਹੀ ਸਮਰੱਥ ਹੈ, ਤੂੰ ਹੀ ਸ਼ਰਨ 'ਚ ਰੱਖਣ ਜੋਗਾ ਹੈ। ਕਿਵੇਂ ਕਹਿੰਦੇ ਨੇ? ਉਹ ਸਾਰੇ ਰਲ ਕੇ ਪੜ੍ਹੀਏ ਜੀ।